الغريب الغرباء. السلام عليك يا مغيث الشية والزوار. السلام عليك يا سلطان العرب والعجم. السلام عليك يا شمس الشموس. السلام عليك يا انيس النفوس. بيبي ادي اج کوئی بن کے ہو اطلاع دے وے ویر امام رضا کو. تیری بھین مسافرہ بھول گئے آج ملکی ران درا. بی بی آدھی ہے میری چادر لالا ویندیے آوی رن روک ہوا کو. متا کوئی پکی ایک گنے سر ننگے میں دکھیا. جنے معصوم حسین قوم دی پار دے آئی موسیٰ مومن کو پتہ لگائے موسیٰ آن کے قوم دیاں وسدیاں کو گھن آئے قوم دیاں عورتاں کو ڈیک کے آدھے جبلان دیاں چوٹیاں تے چڑھ کے گلاب دے گل بی بی دے سر تے رکھو. سلوات پڑھ دیاں ونیو بی بی دا گلاں دے نال استقبال کرو. ہر کے بھین دا اپنا مقدر مولا رضا. تیری بھین جڑے قوم دے شار چائی آئی قوم دے مومنا گلاں نال استقبال کیتا. ارمانی گال دا جڑے حسین دی بھین آئی شام دے شار چ پتھراں نال استقبال. پڑدا پیاں نائی جوڑ بازار تے زینب دا بے وس بازار چ آ گئی اگو شام دیاں وس دیاں اور تا کھنا یا بھین باگی دیا. آدیاں آج لے لو بدلے جنگ بدر والے اولاد یلی دی آ گئی لتھی آ جائی بارش پتھراں دی بازار دی بدال فضا. شام دی اوہ بازار رومن والے او جنے علی دی دھی دے سر تے پتھر لگن. حسین دی دھی چون سالاں دی پپی دا دامن پکڑ کے آ دیے پپی اما آسمان تو تمی وسد ہے یہ کیڑا شار ہے جتھے پتھر پہ وسد ہیں. علی دی دھی ڈسایا شام ہے حسین دی دھی شور دی وجہ نل نہیں سن سکی. بی بی دوجی دفعہ دیے اما کیڑا شار ہے علی دی دھی آ دیے شام لیکن وات بی بی نہیں سنی. تیسری دفعہ بھی جڑی مل پوچھے علی دی دھی ڈسایا ہی کشام آدان. حسین دی دھی آ دیے اما میں کو غریب سمجھ کے کوئی نہیں ڈسیندا. اور رومن والے اسی ٹائم بار بار جو حسین دی دھی پہ پوچھ دی آئی زینب سین کو علی دی دھی دی آواز آ دیے سکینہ دا متھا چم کے آ دیے کیوں ول ول پوچھ دیے میں کو چن بچڑی ہو اگے شام کڈا میں آئیاں یا منگ چا دعا
ਸ਼ਾਮ ਦੇ ਵਿੱਚ ਸ਼ਾਲਾ ਕੋਈ ਨਾ ਸ਼ਰੀਫ ਆਜ਼ਾਦੀਆਂ ਦਰਬਾਰ ਅਜ਼ੀਜ਼ ਅੱਲਾ ਲਾਨਤ ਕਰੇ ਕਮੀਣੇ ਤੇ ਸ਼ਿਮਰ ਕਮੀਣੇ ਕੁੜੇ ਕੇ ਅਜ਼ੀਜ਼ ਦਾਦਾ ਸ਼ਿਮਰ ਯਾ ਚਿੱਟੇ ਵਾਲਾਂ ਵਾਲੀ ਕੌਣ ਆਖਰੀ ਜੁਮਲਾ ਮੁਕਾਮ ਦਾ ਵਲੀਆ ਨਸੀਬ ਜਿਹੜੀ ਮਲਾ ਗਿਆ ਚਿੱਟੇ ਵਾਲਾਂ ਵਾਲੀ ਕੌਣ ਹੈ ਸ਼ਿਮਰ ਕਮੀਣਾ ਆਂਗਲ ਦੇ ਇਸ਼ਾਰੇ ਨਾਲ ਲੈ ਕੇ ਆਦਾ ਯਾ ਜ਼ੈਨਬ ਹੁਸੈਨ ਦੀ ਭਾਈ ਵਾਲੇ ਯਜ਼ੀਦ ਕਮੀਣਾ ਤਖਤ ਤੇ ਬਾ ਕੇ ਦੇ ਕੇ ਆਦਾ ਉਹ ਹੁਸੈਨ ਦੀ ਭੈਣ ਕਰਬਲਾ ਵਿੱਚ ਭਿਰਾ ਮਾਰਿਓ ਗਿਓ ਨੀ ਪੁੱਤਰ ਮਾਰਿਓ ਗਿਓ ਨੀ ਦੁੱਖ ਕਿੱਥੇ ਆਏ ਬੀਬੀ ਆਦੀ ਤੇਰੇ ਦਰਬਾਰ ਵਿੱਚ ਦੁੱਖ ਆਇਆ ਹੈ ਇਹ ਕਮੀਣਾ ਦਾ ਭਿਰਾ ਕਰਬਲਾ ਮਰੀਜ਼ ਗਿਓ ਨੀ ਦੁੱਖ ਮੇਰੀ ਦਰਬਾਰ ਵਿੱਚ ਬੀਬੀ ਰੋ ਕੇ ਅਲੀ ਦੀ ਧੀ ਯਜ਼ੀਦ ਕੋ ਮੁਖਾਤਬ ਥੀ ਕਿ ਆਦੀ ਏ ਆ ਮੌਤ ਵੈਂਦੀ ਮੈਂ ਉਜੜੀ ਕੋ ਉਹ ਤੇਰੇ ਨਾਲ ਨਾ ਬੋਲਣਾ ਪਾਉਂਦਾ ਮੇਰੇ ਤਰਜ ਕਲਾਮ ਦੇ ਸੁਣਨ ਦੇ ਕੀਤੇ ਗਿਆ ਬਾਬਾ ਜਗ ਤੂੰ ਬੀਬੀ ਆਦੀ ਏ ਜੀਵਨ ਨਾਮ ਚਾਈ ਮੈਂ ਉਜੜੀ ਦਾ ਅੱਜ ਗਾਜ਼ੀ ਜੀਂਦਾ ਹੁੰਦਾ ਤੈਨੂੰ ਪੁੱਛ ਗਿਣਦਾ ਦਰਬਾਰ ਦੇ ਵਿੱਚ ਕੀ ਹੈ ਮੈਡਾ ਨਾਂ ਅਲਵਿਦਾ ਯਾ ਇਮਾਮ ਰਿਜ਼ਾ ਅਲਵਿਦਾ ਓ ਮੌਲਾ ਤੈਨੂੰ ਬਚੜੇ ਇਮਾਮ ਹਸਨ ਅਸਕਰੀ ਦੀ ਸ਼ਹਾਦਤ ਦਾ ਵਾਸਤਾ ਦਿੰਦੇ ਅਲਵਿਦਾ ਮੌਲਾ ਮੁਸਾਫਰ ਤੁਰੇ ਵੰਦੇ ਨੀ ਮੌਲਾ ਗੁਨਾਹਗਾਰ ਵਤਨਾਂ ਤੇ ਪੈ ਵੈਂਦੇ ਨੀ ਓ ਮੌਲਾ ਮੌਲਾ ਤੇਰੇ ਜ਼ਵਾਰ ਵਤਨ ਤੇ ਪੈ ਵੈਂਦੇ ਨੀ ਸਾਕੂ ਇਹ ਟੁਰਨ ਇੱਕ ਦਫਾ ਓ ਮੇਰਾ ਕਰੀਮ ਮੌਲਾ ਯਾਦ ਨੀ ਵੈਂਦਾ ਏ ਜਿਹੜੇ ਸ਼ਾਮ ਦਾ ਮੁਹਾਰੀ ਹਾਏ ਹਾਏ ਸ਼ਾਮ ਦਾ ਮੁਹਾਰੀ ਘੜੀਆਂ ਜੋ ਲਾਹ ਗਈਆਂ ਮੇਰੇ ਇਮਾਮ ਦੀਆਂ ਉਸੀ ਵੇਲੇ ਤਾਰੀਖ ਇੱਕ ਬੰਦ ਲਿਖੀ ਹੈ ਤਾਰੀਖ ਨੇ ਬੰਦ ਲਿਖੀ ਹੈ ਛੁੱਟੀ ਕੈਦ ਦਮਸ਼ਕ ਦੇ ਕੈਦੀ ਦੀ ਬਹੁ ਮੁੱਦਤ ਤਵੀਲ ਦੇ ਬਾਦ ਮਾਲੂਮ ਨਹੀਂ ਹੁਣ ਕਿਤਨੀ ਏ ਕੁੱਲ ਕਾਫਲੇ ਦੀ ਦਾਦਾ ਕੈਨਾਤ ਦੇ ਵਿੱਚ ਉਹੀ ਪਹਿਲਾ ਕੈਦੀ ਪਿਊਬਾ ਕਰਦਾ ਸਜਾ ਦੇ ਜੇ ਵੱਲ ਵੱਲ ਪੁੱਛਿਆ ਹਾਕਮ ਕੋ ਮੈਂ ਕੋ ਕਿਉਂ ਕੀਤਾ ਆਜ਼ਾ ਸਜਾ ਦੀ ਇਮਾਮ ਦੀ ਆਵਾਜ਼ ਆਉਂਦੀ ਹੈ ਫੁੱਪੀ ਅੰਮਾ ਈ ਜਾਓ ਤੂੰ ਡੂਰਾ ਵੇਂਦਨ ਡਸਾਓ ਕਿਹੜੇ ਪਾਸੇ ਵੰਨੂ ਇੱਕ ਵੇਂਦਾ ਡਾਇਰੈਕਟ ਕਰ ਮਦੀਨਾ ਬੀਆ ਕਰਬਲਾ ਤੂੰ ਮਦੀਨਾ ਬੀਬੀ ਦੀ ਆਵਾਜ਼ ਆਉਂਦੀ ਹੈ ਸਜਾਦ ਮੈਂ ਬਿਰਾ ਦੀ ਲਾਜ ਤੇ ਰੱਜ ਕੇ ਰੁਨੀ ਨਹੀਂ ਆ ਮੈਂ ਕੋ ਪਹਿਲੇ ਬਿਰਾ ਦਾ ਚੇਲਾ ਮਨਾਵਣ ਦੇ ਮੈਂ ਕੋ ਪਹਿਲੇ ਕਰਬਲਾ ਗੈਨ ਜੋਲ ਮੈਂ ਲਾਸ਼ਾਂ ਛੋੜ ਕੇ ਆਈ ਆ ਮੱਲਾ ਜਾਣੇ ਕਿੰਨਾ ਮੇਰੇ ਬਿਰਾਵਾਂ ਕੋ ਦਫਨਾਇਆ ਮੇਰੇ ਸੋਹਣੇ ਅਕਬਰ ਕੋ ਕਹਿ ਦਫਨਾਇਆ ਜਾਂ ਕੋਈ ਨਾ ਮੁਹਾਰਾਂ ਛਕੇਂਦਾ ਛਕੇਂਦਾ ਜਿਹਨੇ ਸਜਾ ਦੀ ਮਾਮ ਇੱਕ ਮਹਿਲ ਦਾ ਪੰਧ ਕੀਤਾ ਏ ਯਾ ਤੀਸਰੇ ਮਾਮਲ ਵਿੱਚੋਂ ਬੁੱਢੀ ਹੋਈ ਕੂਕਾਈਏ ਸਜਾਦ ਪੁੱਪੀ ਦੀ ਮੰਨੀ ਆਈ ਮਾਂ ਦੀ ਵੀ ਮੰਨੀ ਆ ਇਮਾਮ ਦਾ ਅੰਮਾ ਕਿਹੜੀ ਗਾਲ ਮੰਨਾ ਅਮੀ ਵੀ ਰਬਾਬ ਦੀ ਆਵਾਜ਼ ਆਉਂਦੀ ਹੈ ਕਰਬਲਾ ਜ਼ਰੂਰ ਜੋਲ ਲੇਕਿਨ ਪਹਿਲੂ ਮੁਸਾਫਰਾਂ ਵਾਲੇ ਕਬਰਿਸਤਾਨ ਜੋਲ ਓ ਮੇਰੀ ਸਕੀਨਾ ਤੂੰ ਮੈਂ ਕੋ ਅਲਵਿਦਾ ਜ਼ਰੂਰ ਕਰਨ ਦੇ ਜਿਹੜੀ ਬਾਰ ਬਾਰ ਜ਼ਿੰਦਾ ਹੋਣ ਚਾਹੀਦੀ ਆਈ ਰੋ ਰੋ ਕੇ ਆਦੀ ਸਜਾਦ ਕੱਢੇ ਕਣੀਆਂ ਲਾ ਸਨ ਕੱਢੇ ਵਤਨਾ ਤੇ ਜੁਲਸੂ ਸਜਾਦ ਇਮਾਮ ਜਿਹੜੀ ਮਲ ਸਕੀਨਾ ਦੀ ਕਬਰ ਤੇ ਮੁਹਾਰਾਂ ਚ ਕਹਿੰਦਾ ਕਾਫਲਾ ਗਿਣਨਾ ਕਾਫਲਾ ਤੇ ਚਾਚਾ ਮੈਂ ਬੈਠਾ ਦਾ ਤ੍ਰੈ ਮਾਮਲ ਸਜਾਦ ਗਿਣਨਾ
ਜਿਹੜੀ ਮਰਮਾ ਅਮਲ ਖਬਰ ਸਕੀਨਾ ਤੇ ਆਇਆ ਹੈ। ਰਿਵਾਇਤ ਚ ਜੁਮਲੇ ਮਿਲਦੇ ਹਨ, ਬੀਬੀਆਂ ਨੇ ਆਨਣ ਉੱਠਣ ਦੇ ਬਾਣ ਦੇ ਇੰਤਜ਼ਾਰ ਨਹੀਂ ਕੀਤਾ, ਲਾਹ ਪਈਆਂ ਬੀਬੀ ਰਬਾਬ ਟੁਰਦੀ ਟੁਰਦੀ ਧੀ ਦੀ ਕਬਰ ਕੁਹਾਨ ਆ ਲਾ ਕੇ ਆ ਦੀ ਸਕੀਨਾ ਜਾਗ ਮਾਂ ਵਤਨ ਤੇ ਪਈ ਵੈਂਦੀ ਆਈ ਰੋ ਰੋ ਕੇ ਆਦੀਆਂ ਵੀ ਅੰਮਾ ਕਦੇ ਸੁਗਰਾ ਨਾਲ ਮਿਲਸੂ ਕਦੇ ਨਾਨੇ ਦੀ ਕਬਰ ਤੇ ਜੁਲਸੂ ਜਦੇ ਮਾਂ ਦੇ ਨਾਂ ਮਾਂ ਗੱਲ ਕੀਤੀ ਹੈ ਸਕੀਨਾ ਦੀ ਕਬਰ ਵਿੱਚੋਂ ਕੋਈ ਆਵਾਜ਼ ਨਹੀਂ ਆਇਆ ਉਹ ਰੋਵਣ ਵਾਲੇ ਹੋ ਹੁਸੈਨ ਮੌਲਾ ਦਾ ਕਰਬਲਾ ਚੇਲਾ ਮਲਾਵਣ ਵਾਲੇ ਹੋ ਅਜ਼ਾਦਾਰੋ ਜਿਹੜੀ ਮਲ ਹੁਸੈਨ ਜ਼ੈਨਬ ਬੋਲੀ ਹੈ ਸਕੀਨਾ ਦੀ ਕਬਰ ਵਿੱਚੋਂ ਕੋਈ ਆਵਾਜ਼ ਨਹੀਂ ਆਇਆ ਬੀਬੀਆਂ ਬੁਲੈਂਦੀਆਂ ਰਹੀਆਂ ਨੇ ਜਿਹੜੀ ਮਲ ਸਜਾਦ ਆਉਣ ਕੇ ਆਪਣੇ ਜ਼ਖਮੀ ਹੱਥ ਸਕੀਨਾ ਦੀ ਕਬਰ ਤੇ ਰੱਖੇ ਨੇ ਰੋ ਕੇ ਇਮਾਮ ਦੀ ਆਵਾਜ਼ ਆਉਂਦੀ ਹੈ ਸਕੀਨਾ ਜਾਗ ਬਿਰਾ ਦੀਆਂ ਕੜੀਆਂ ਲਾ ਗਈਆਂ ਨੀ ਜਿਨ੍ਹਾਂ ਤੇ ਬਾਰ ਬਾਰ ਪਾਣੀ ਦਾ ਛਿੜਕਾਓ ਕਰੇਂਦੀਆਂ ਵੀ ਕਬਰ ਵਿੱਚ ਹੁਸੈਨ ਦੀ ਧੀ ਸਕੀਨਾ ਬਾਹਰ ਆ ਕੇ ਰੋ ਕੇ ਆਉਂਦੀ ਹੈ ਸਜਾਦ ਮੁਬਾਰਕ ਉਹ ਵੀ ਤੇੜੀਆਂ ਤੇ ਲਾ ਗਈਆਂ ਮੈਂ ਕੜੀਆਂ ਨਾਲ ਸੁੱਤੀ ਪਈ ਆ ਆਪਣੀ ਬਾਰਗਾਹ ਜੀ ਇਬਾਦਤ ਸ਼ੁਮਾਰ ਪਰਵਰਦਿਗਾਰਾ ਸਾਨੂੰ ਨੇਕ ਅਮਲ ਕਰਨ ਦੀ ਤੋਫੀਕ ਪਰਵਰਦਿਗਾਰਾ ਅਸੀਂ ਦੀ ਟੁੱਟੀ ਫੁੱਟੀ ਇਬਾਦਤ ਜ਼ਿਆਰਤ ਦੁਆ ਕੁਰਾਨ ਦੀ ਤਿਲਾਵਤ ਇਬਾਦਤ ਨਮਾਜ਼ ਕੋ ਕਬੂਲ ਹੈ ਮਕਬੂਲ ਫਰਮਾਏ ਅਸੀਂ ਦਾ ਸਫਰ ਬਖੈਰ ਅਤਾ ਫਰਮਾਏ ਖੈਰੀਅਤ ਨਾਲ ਅਸੀਂ ਕੋ ਵਤਨ ਤੇ ਪਹੁੰਚਾ ਪਰਵਰਦਿਗਾਰ ਜਿਤਲੇ ਮੋਮਨੀਨ ਜ਼ਿਆਰਤ ਵਾਸਤੇ ਸਿੱਖਦੇ ਉਹਨਾਂ ਨੂੰ ਗੁਜ਼ਾਰਤਿਆਂ ਨਸੀਬ ਅਤਾ ਫਰਮਾ ਜਿਤਲੇ ਮੋਮਨੀਨ ਬਿਮਾਰ ਹਨ ਖਸੂਸਨ ਜ਼ਮਾ ਰਸ ਕਰਦੀ ਵੀ ਸਿਸਟਰ ਬਿਮਾਰ ਹੈ ਸ਼ਿਫਾ ਕਾਮਲਾ ਵਾ ਅਜਰਾ ਇਨਾਇਤ ਫਰਮਾ ਯਾ ਅੱਲਾ ਆਲ ਮੁਹੰਮਦ ਦੀ ਅਜ਼ਮਤ ਦਾ ਵਾਸਤੇ ਯਾ ਦੇ ਵਜ਼ੀਰ ਦੀ ਜੇਕਾ ਵੀ ਦਿਲ ਦੀ ਤੋਫੀਕਾਤ ਦੇ ਅਮਾਨ ਦੀ ਤੋਫੀਕਾਤ ਅਤੇ ਵਜ਼ੀਰ ਦੀ ਰਿਜ਼ਕ ਵਿੱਚ ਬਰਕਤ ਅਤਾ ਫਰਮਾ ਯਾ ਅੱਲਾ ਚਾਚੇ ਦੀ ਜੇਕਾ ਵੀ ਤਮੰਨਾ ਹੈ ਪੂਰੀ ਅਤਾ ਫਰਮਾ ਜੇਕੀ ਅਸਾਂ ਜ਼ਾਇਰੀਨ ਦੀ ਤਮੰਨਾ ਹੈ ਹਾਜਤਿਆਂ ਆਪਣੀ ਬਾਰਗਾਹ ਚ ਇਮਾਮ ਰਜ਼ਾ ਦੀ ਅਜ਼ਮਤ ਦਾ ਵਾਸਤੇ ਇਮਾਮ ਹਸਨ ਅਸਗਰੀ ਦੀ ਸ਼ਹਾਦਤ ਦਾ ਵਾਸਤੇ ਇਮਾਮ ਜ਼ਮਾਨਾ ਕੋ ਮੁਕਾਨ ਦਿੰਦੇ ਹੈ ਪੁਰਸਾ ਦਿੰਦੇ ਉਹਦੇ ਬਾਬੇ ਦਾ ਮੇਰਾ ਅੱਲਾ ਇਮਾਮ ਜ਼ਮਾਨਾ ਦੇ ਸਦਕੇ ਅਸੀਂ ਦੀ ਦੁਆ ਕਬੂਲ ਹੈ ਮਕਬੂਲ ਫਰਮਾ ਉਹ ਇਮਾਮ ਜ਼ਮਾਨਾ ਸਜਾਦ ਇਮਾਮ 40 ਸਾਲ ਰਾਤ ਰੁਨਾ ਇਮਾਮ ਜ਼ਮਾਨਾ ਗੁਜ਼ਾਰੇ 1200 ਸਾਲ ਗੁਜ਼ਰ ਗਏ ਅੱਜ ਤਾਈਂ ਵੀ ਰਾਤ ਬੈਠਾ ਰੋਂਦਾ ਹੈ ਜ਼ਿਆਰਤ ਨਾਈਆਂ ਵਿੱਚ ਜੁਮਲੇ ਆਦਾ ਹੈ ਬਦਲ ਦਮੂ ਦਮਨ ਪਾਣੀ ਦੇ ਬਦਲੇ ਡਾਡਾ ਮੈਂ ਰਾਤ ਬੈਠਾ ਰੋਂਦਾ ਏਕਾਇਤ ਉੱਲਾ ਹੈ ਮੋਮਨ ਆਦਾ ਮੈਂ 12ਵੇਂ ਕੁਖਾਂ ਵਿੱਚ ਡਿੱਟਿਆ ਇਮਾਮ ਰਾਤ ਬੈਠਾ ਰੋਂਦਾ ਹੈ ਇਹ ਜੇਕੇ ਦਿਲ ਵਿੱਚ ਤਮੰਨਾ ਹੈ ਦੁਆ ਮੰਗੋ ਹਿਕੜੇ ਜੁਮਲਾ ਮੈਂ ਸਾਹਿਬ ਦਾ ਪੜਨਾ ਮੈਡਾ ਅੱਲਾ ਜਿਹੜੀ ਮਲਾਇਤ ਉੱਲਾ ਪੁੱਛਿਆ ਇਮਾਮ ਕੋ ਮੌਲਾ ਕਰਬਲਾ ਦੇ ਮੈਦਾਨ ਚ ਡਾਡੇ ਹੁਸੈਨ ਜ਼ਰਬਾਂ ਕੁਰਤ ਬੇਟਾ ਰੋਂਦਾ ਹੀ ਸਹੀ ਆ ਦਾਦਾ ਅਰਮਾਨ ਢੇਰ ਹੈ ਲੇਕਿਨ ਡਾਡੇ ਦੀਆਂ ਜ਼ਰਬਾਂ ਕੁਰਤ ਨਹੀਂ ਰੋਂਦਾ ਆਦਾ ਮੌਲਾ ਅਲੀ ਅਕਬਰ ਦੀ ਬਰਛੀ ਕੁਰਤ ਰੋਂਦਾ ਹੀ ਸਹੀ ਆ ਦਾਦਾ ਮੈਂ ਅਕਬਰ ਦੀ ਬਰਛੀ ਕੋ ਨਹੀਂ ਰੋਂਦਾ ਲੇਕਿਨ ਅਰਮਾਨ ਜ਼ਿਆਦਾ ਹੈ ਮੌਲਾ ਕਾਸਮ ਦੀ ਲਾਜ ਦੇ ਟੁਕੜਿਆਂ ਕੋ ਰੋਂਦਾ ਇਮਾਮ ਆਦਾ ਟੁਕੜਿਆਂ ਦਾ ਅਰਮਾਨ ਹੈ ਲੇਕਿਨ ਰਾਤ ਨਹੀਂ ਰੋਂਦਾ ਮੌਲਾ ਅਸਗਰ ਦੇ ਤੀਰ ਕੋ ਰੋਂਦਾ ਹੀ ਸਹੀ ਆ ਦਾਦਾ ਅਸਗਰ ਦਾ ਅਰਮਾਨ ਹੈ ਲੇਕਿਨ ਰਾਤ ਨਹੀਂ ਰੋਂਦਾ ਰੋ ਕੇ ਆਇਆ ਤੁਲਾ ਦਾ ਮੌਲਾ ਰਾਤ ਕਿਉਂ ਬੈਠਾ ਰੋਂਦਾ ਹੀ ਰੋ ਕੇ ਬਾਰਵਾ ਇਮਾਮ ਆਦਾ ਜਿਹੜੀ ਨਾਨੇ ਦੇ ਰੋਜ਼ੇ ਤੇ ਅਦਰਾਤ ਵੇਲੇ ਵੇਂਦੀ ਆਈ ਬਦਮਾਸ਼ਾਂ ਦੀ ਭੀੜ ਚ ਰੋ ਰੋ ਕੇ ਆਦੀ ਆਈ ਇੱਕ ਚਾਦਰ ਜੋ ਮੈਂ ਅਲੀ ਦੀਦੀਆ ਉਹ ਮੈਂ ਨਬੀ ਦੀਦੀਆ ਨਾ ਖਾਣਾ ਮੰਗਦੀਆਂ ਨਾ ਪਾਣੀ ਇੱਕੋ ਚਾਦਰ ਜੋ ਮੇਰਾ ਅੱਲਾ ਇਮਾਮ ਜ਼ਮਾਨਾ ਦੀ ਅਜ਼ਮਤ ਦਾ ਵਾਸਤੇ ਹੀ ਅਸੀਂ ਜਾਂ ਦੁਆਇਆਂ ਕਬੂਲ ਤੇ ਮਕਬੂਲ ਫਰਮਾ ਖੁਸੂਸਨ ਮੇਰੇ ਵਾਲਦ ਮੋਹਤਰਮ ਕੋ ਸ਼ਿਫਾ ਅੱਲਾਹ ਇਤਲੇ ਮੋਮਨੀਨ ਬਿਮਾਰ ਹਨ ਖੁਸੂਸਨ ਚਾਚੇ ਗੁਲਾਮ ਨੱਕੀ ਕੋ ਸ਼ਿਫਾ ਕਾਮਲਾ ਵਾਸੇ ਅਤੇ ਆਜ ਲਾ ਇਨਾਇਤ ਫਰਮਾ ਪਰਵਰਦਿਗਾਰਾ ਜਿਤਲੇ ਮੋਮਨੀਨ ਬੇ ਔਲਾਦ ਹਨ ਮੇਰਾ ਕਰੀਮ ਅੱਲਾ ਇਹ ਅਮਾ ਦੇ ਜੇ ਕੇ ਵਾਸਤੇ ਮੈਂ ਕੋ ਆਦੇ ਸ਼ਾਹਿਦ ਹਬਦਾਰ ਅਲੀ ਕੋ
ਮੈਂ ਹਕੀਰ ਦੀ ਝੋਲੀ ਆਬਾਦ ਹੈ ਸ਼ਹਾਦਤ ਆ ਫਰਮਾ ਜਿਤਲੇ ਔਲਾਦ ਵਾਸਤੇ ਸਿੱਖ ਦੇ ਵਤਨ ਸਹਿਣ ਉਮੇ ਰਬਾਬ ਦੀ ਜੁੜੀ ਝੋਲੀ ਦਾ ਸਦਕਾ ਝੋਲੀਆਂ ਆਬਾਦ ਫਰਮਾ ਮੇਰੇ ਅੱਲਾ ਉਹਨੇ ਕੋ ਹਯਾਤੀ ਵਾਲਾ ਬਚੜਾ ਨਸੀਬਤ ਆ ਫਰਮਾ ਮੇਰੇ ਅੱਲਾ ਵਾਲੇ ਮੁਹੰਮਦ ਦੀ ਅਜ਼ਮਤ ਵਾਸਤੇ ਜਿਹਨੇ ਕੋ ਬਚੜੇ ਦਿੱਤੇ ਨੇ ਉਹਨੇ ਕੋ ਫਰਮਾ ਬਰਦਾਰ ਸਾਲਿਆਂ ਬਣਨ ਦੀ ਤੋਫੀਕ ਅਤਾ ਫਰਮਾ ਸਾਡੀਆਂ ਪਰੇਸ਼ਾਨੀਆਂ ਮੁਸ਼ਕਲਾਤਾਂ ਦੂਰ ਅਤਾ ਫਰਮਾ ਪਰਵਰਦਿਗਾਰਾ ਮੁਹੰਮਦ ਆਲੇ ਮੁਹੰਮਦ ਦੇ ਸਦਕੇ 12ਵੇਂ ਇਮਾਮ ਦਾ ਜ਼ਹੂਰ ਫਰਮਾ ਮੌਲਾ ਦੀ ਜ਼ਿਆਰਤ ਨਸੀਬਤ ਆ ਫਰਮਾ ਸਲਵਾਤ ਅਲਾ ਮੁਹੰਮਦ।